ਰਿਫਲੈਕਟਰ ਲਾ ਕੇ ਤੁਹਾਡੇ ਇਹ ਹਾਂ ਜੀ ਇਹਦਾ ਜੀ ਕਿੱਥੋਂ ਆਏ ਹੋ ਤੁਸੀਂ ਲੋਕਲ ਗੱਡੀ ਆ ਬਰਨਾਲੇ ਕਿੰਨੇ ਪੈਸੇ ਲੈ ਗਏ 250 250 ਰੁਪਏ ਲੈ ਗਏ ਕੋਈ ਰਸੀਦ ਦੇ ਕੇ ਗਏ ਨੇ ਹਾਂ ਦਿਖਾਇਓ ਕਿਹਦੀ ਰਸੀਦ ਹੈ ਕਿਹੜੀ ਪਰਚੀ ਕੱਟਦੇ ਹੋ ਕਿਹਨੇ ਆਰਡਰ ਦੇ ਕੱਟਦੇ ਹੋ ਪੰਜਾਬ ਪੁਲਿਸ ਦੇ ਟ੍ਰੈਫਿਕ ਪੰਜਾਬ ਪੁਲਿਸ ਟ੍ਰੈਫਿਕ ਹਾਂ ਇਹ ਰਿਫਲੈਕਟਰ ਲੱਗਦੇ ਨੇ ਟ੍ਰੈਫਿਕ ਲੈਟਰ ਕਿੱਥੇ ਪੰਜਾਬ ਪੁਲਿਸ ਦਾ ਲੈਟਰ ਦਿਖਾਇਓ इंस्पेक्टर मनीष कुमार बरनाला जी अच्छा जी इन्होंने कदों खड़े हो सवेर जी अद्धा घंटा ਪੰਜਾਬ ਵਿੱਚ ਮਾਨ ਸਰਕਾਰ ਭ੍ਰਿਸ਼ਟਾਚਾਰ ਖਿਲਾਫ਼ ਪਹਿਲੇ ਦਿਨ ਤੋਂ ਹੀ ਐਕਸ਼ਨ ਮੋਡ ਵਿੱਚ ਹੈ ਬਹੁਤੀਆਂ ਥਾਵਾਂ 'ਤੇ ਭਾਵੇਂ ਰਿਸ਼ਵਤਖੋਰੀ ਨੂੰ ਠੱਲ ਪੈ ਗਈ ਹੈ ਪਰ ਹੱਲੇ ਵੀ ਕੁਝ ਜੋਕਾਂ ਅਜਿਹੀਆਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਣ ਦੇ ਨਵੇਂ ਤਰੀਕੇ ਅਪਣਾ ਲਏ ਨੇ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆ ਰਿਹਾ ਵੀਡੀਓ ਬਣਾਉਣ ਵਾਲਾ ਸ਼ਖਸ ਪੱਤਰਕਾਰ ਹੈ ਵੀਡੀਓ ਵਿੱਚ ਪੁਲਿਸ 'ਤੇ ਇੱਕ ਨਿੱਜੀ ਸੰਸਥਾ ਦੇ ਕਰਿੰਦੇ ਵੱਲੋਂ ਟਰੱਕ ਡਰਾਈਵਰਾਂ ਨੂੰ ਲੁੱਟਣ ਦੀ ਖੇਡ ਦਾ ਪਰਦਾਫਾਸ਼ ਕੀਤਾ ਗਿਆ ਉਸ ਮੁਤਾਬਕ ਸਵੇਰ ਤੋਂ ਸ਼ਾਮ ਤੱਕ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਹੈ ਸਾਰਾ ਸੰਸਥਾ ਨੂੰ ਭੇਜ ਦਿੱਤਾ ਜਾਂਦਾ ਹੈ ਸੰਦੀਪ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਆਪਣੀ ਸਰ ਅੱਛਾ ਬਾਈ ਜਿਹੜਾ ਇਹ ਤੁਸੀਂ ਲਾ ਰਹੇ ਹੋ ਤੁਹਾਨੂੰ ਕਿਹਨੇ ਭੇਜਿਆ ਇਹ ਜੀ ਸਰ ਮੈਂ ਇੰਚਾਰਜ ਨਿਗਾ ਇੱਥੇ ਇੰਚਾਰਜ ਸਾਹਿਬ ਦੇ ਆਪ ਤੁਹਾਡੀ ਨਾਲ ਗੱਲ ਕਰਾਈ ਹੈ ਹੁਣ ਮੈਂ ਕੀ ਨਾਮ ਪੂਰਾ ਉਹਨਾਂ ਦਾ ਜੀ ਉਹਨਾਂ ਦਾ ਸੰਜੇ ਭੋਗਲ ਸੰਜੇ ਭੋਗਲ ਕਿੱਥੇ ਰਹਿੰਦੇ ਨੇ ਜੀ ਉਹ ਚੰਡੀਗੜ੍ਹ ਰਹਿੰਦੇ ਨੇ ਕਿੰਨਾ ਨੰਬਰ ਆ ਮੋਬਾਈਲ ਨੰਬਰ ਉਹਨਾਂ ਦਾ ਜੀ 82 83 ਹਾਂਜੀ 83 45 ਕਿੰਨਾ ਜੀ 82 83 ਫੇਰ 83 45 45 50 ਹਾਂਜੀ ਅੱਛਾ ਇਹ ਜਿਹੜੀ ਸੰਸਥਾ ਗਈ ਤੁਸੀਂ ਪਰਚੀਆਂ ਕੱਟ ਰਹੇ ਹੋ ਜੀ ਇਹ ਫਿਰ ਪੈਸੇ ਖਾਤੇ ਜਾਂਦੇ ਜਾਂ ਕੈਸ਼ ਲੈਂਦੇ ਹੋ ਜੀ ਤੁਸੀਂ ਹੁਣ ਨਹੀਂ ਇਹ ਪੈਸੇ ਕੈਸ਼ ਲੈਂਦੇ ਕੈਸ਼ ਲੈਂਦੇ ਹਾਂਜੀ ਪੈਸੇ ਫਿਰ ਕਲੈਕਸ਼ਨ ਕਿੰਨੀ ਕੁ ਹੋ ਜਾਂਦੀ ਹੈ ਜੀ ਸਰ ਇਸ ਵੇਲੇ 20-22 ਵੀ ਲੱਗ ਜਾਂਦੇ ਆ ਕੇਲੇ 25 ਵੀ ਲੱਗ ਜਾਂਦੇ ਇੱਦਾਂ ਅੱਛਾ ਫਿਰ ਇਹ ਲੈ ਕੇ ਪੁਲਿਸ ਨਾਲ ਪੁਲਿਸ ਨੂੰ ਨਾਲ ਲੈ ਕੇ ਲਾਉਣੇ ਹੁੰਦੇ ਤੁਸੀਂ ਹਾਂਜੀ ਸਰ ਗੱਡੀ ਰੋਕ ਦਿੰਦੇ ਨੇ ਹਾਂਜੀ ਮਤਲਬ ਕਿ ਇਸ਼ਾਰਾ ਇਹਨਾਂ ਨੇ ਮਾਰਨਾ ਬਾਕੀ ਟੈਨ ਮੁੰਡੇ ਕਰਦੇ ਇਹ ਪੈਸੇ ਫਿਰ ਕਿਹਨੂੰ ਦਿੰਦੇ ਹੋ ਜੀ ਇਹ ਪੈਸੇ ਤੇ ਜਿਹੜੀ ਸੰਸਥਾ ਦੀ ਅੱਛਾ ਜਿਹੜੀ ਸੰਸਥਾ ਬਣੀ ਦੀ ਹਾਂਜੀ ਫਿਰ ਉਹ ਅੱਛਾ ਗਾਹਾਂ ਤੁਹਾਨੂੰ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਨਹੀਂ ਅਸੀਂ ਵਰਕਰ ਤੁਹਾਨੂੰ ਕਿੰਨੀ ਸੈਲਰੀ ਮਿਲਦੀ ਹੈ ਜੀ ਸਾਨੂੰ 400 ਰੁਪਏ ਪਰ ਡੇ ਹਾਂਜੀ ਕਿੰਨੇ ਬੰਦੇ ਹੋ ਜੀ ਅੱਜ ਤੁਸੀਂ ਇੱਥੇ ਅਸੀਂ 4 ਜਣੇ ਕੀ ਨਾਮ ਹੈ ਚਾਰਾਂ ਦੇ ਤੇ ਇੱਕ ਦਾ ਮੁੰਡੇ ਦਾ ਹੈਗਾ ਜੀ ਆਪਣਾ ਨਾਮ ਗੁਲਾਮ ਕਰਕੇ ਹੈ ਜੀ ਤੇ ਇੱਕ ਦਾ ਸ਼ੀਰੀ ਹੈ ਜੀ ਔਰ ਇੱਕ ਦਾ ਵਿਸ਼ੂ ਇਹ ਗੱਡੀ ਕੀ ਦੀ ਹੈ ਜਿਹੜੀ ਗੱਡੀ ਖੜੀ ਇਹ ਸੰਸਥਾ ਜੀ ਦਾ ਇਹ ਉਹਨਾਂ ਦੀ ਹੈ ਗੱਡੀ ਹਾਂਜੀ ਪੁਲਿਸ ਦੀ ਮਦਦ ਨਾਲ ਸੰਸਥਾ ਦੇ ਕਰਿੰਦੇ ਵੱਲੋਂ ਕੀਤੀ ਜਾਂਦੀ ਇਸ ਉਗਰਾਹੀ ਬਾਰੇ ਜਾਣਨ ਲਈ ਪੱਤਰਕਾਰ ਨੇ ਐਸਐਸਪੀ ਬਰਨਾਲਾ ਸੰਦੀਪ ਮਲਿਕ ਤੇ ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਨਾਲ ਗੱਲਬਾਤ ਕੀਤੀ ਸਰ ਇੱਕ ਆਪਣੇ ਨਾ ਹੰਡਾਇਆ ਤੋਂ ਬੋਲੇ ਪੱਤਰਕਾਰ ਰਕੇਸ਼ ਇੱਕ ਸਰ ਆਪਣੇ ਇੱਥੇ ਜੀ ਮੋਲ ਦੇ ਕੋਲ ਅੰਡਰ ਬੇਸ ਵਿੱਚ ਰਿਫਲੈਕਟਰ ਲਗਾ ਰਹੇ ਲੋਕ ਕੀ ਲਾ ਰਹੇ ਰਿਫਲੈਕਟਰ ਗੱਡੀ ਦੇ ਉੱਪਰ ਜੀ ਮੋਲ ਦੇ ਥੱਲੇ ਜੀ ਮੋਲ ਦੇ ਕੋਲ ਜੋ ਅੰਡਰ ਬੇਸ ਨੇ ਉੱਥੇ ਲਗਾ ਰਹੇ ਨੇ ਨਾਲ ਪੁਲਿਸ ਦੇ ਗੱਡੀ ਵੀ ਨਾਲ ਹੈਗੇ ਨੇ ਕੀ ਕੀ ਤੁਹਾਡੀ ਨੌਲੇਜ ਚ ਹੈ ਕਿਸ ਦੀ ਪਰਮਿਸ਼ਨ ਨਾਲ ਆ ਰਹੇ ਨੇ ਇਹ ਨਹੀਂ ਪਰਮਿਸ਼ਨ ਕਾਦੀ ਮਤਲਬ ਉਹ ਕੀ ਪ੍ਰੋਬਲਮ ਕੀ ਆਈ ਹੈ ਉਹ ਸਰ ਰਿਫਲੈਕਟਰ ਲਾ ਕੇ 250 ਰੁਪਏ ਪਰਚੇ ਕੱਟੀ ਆ ਰਹੇ ਨੇ ਕਿੰਨੇ ਕਿਆ ਕੱਟ ਰਹੇ ਪਰਚੀ ਕੱਟ ਰਹੇ 250 ਰੁਪਏ ਦੀ ਨਹੀਂ ਉਹ ਤਾਂ ਅਗਰ ਮੰਨ ਲਓ ਕੋਈ ਕੋਈ ਲਵਾਏਗਾ ਆਪਣੀ ਸਰਵਿਸ ਲੇਗਾ ਉਹ ਪਤਾ ਕਰ ਲੈਨੇ ਅਗਰ ਕੋਈ ਆਪਣੀ ਮਰਜ਼ੀ ਸੇ ਲਗਵਾ ਕੇ ਪੈਸੇ ਕੱਟ ਦੇ ਰਿਹਾ ਹੈ ਉਹ ਮਰਜ਼ੀ ਨਾਲ ਹੋਊਗਾ ਨਹੀਂ ਸਰ ਨਹੀਂ ਤੇ ਹਰੇਕ ਨੂੰ ਹੱਥ ਦੇ ਕੇ ਰੋਕ ਕੇ ਜੋ ਵੀ ਟਰਾਲਾ ਟਰੱਕ ਆਂਦਾ ਉਹਨੂੰ ਦੇਖ ਕੇ ਲਾਈ ਆ ਰਹੇ ਉਹਨਾਂ ਧੱਕੇ ਨਾਲ ਅੱਛਾ ਮੈਂ ਪਤਾ ਕਰਵਾਉਣਾ ਜੀ ਜੀ ਠੀਕ ਸਰ ਇਤਨਾ ਕਿ ਬਠਿੰਡਾ ਰੋਡ ਤੇ ਬਠਿੰਡਾ ਚੰਡੀਗੜ੍ਹ ਰੋਡ ਤੇ ਰਿਫਲੈਕਟਰ ਲਾਉਣ ਵਾਲੇ ਖੜੇ ਨੇਗੇ ਬਿਨਾਂ ਕਿਸੇ ਪਰਮਿਸ਼ਨ ਤੋਂ ਐਸਐਸਪੀ ਸਾਹਿਬ ਨੂੰ ਫੋਨ ਕਰਕੇ ਪੁੱਛਿਆ ਸੀ ਵੀ ਕਿਸ ਤਰ੍ਹਾਂ ਕੋਈ ਪਰਮਿਸ਼ਨ ਕਿਹਦੀ ਲੱਤੀ ਹੈ ਇਹਨਾਂ ਨੇ ਉਹ ਕਹਿੰਦੇ ਮੈਨੂੰ ਉਹਦੀ ਕੋਈ ਇਨਫੋਰਮੇਸ਼ਨ ਹੈ ਨਹੀਂ ਗੀ ਇਹ ਲੋਕ ਚੰਡੀਗੜ੍ਹ ਤੋਂ ਆਏ ਹੋਏ ਨੇ ਜੀ ਤੇ ਚੰਡੀਗੜ੍ਹ ਦੇ ਕਿਸੇ ਸੰਜੇ ਬੋਂਗਲ ਦਾ ਨਾਮ ਲੈ ਰਹੇ ਨੇ ਉਹਦੀ ਸੰਸਥਾ ਤੇ ਨਾਲ ਪੁਲਿਸ ਵਾਲਿਆਂ ਨੂੰ ਰਲਾਈ ਬੈਠੇ ਨੇ ਜੀ ਤੇ ਪੁਲਿਸ ਵਾਲਿਆਂ ਦੀ ਪਾਰਟੀ ਨਾਲ ਹੀ ਬੈਠੇ ਨੇ ਪੁਲਿਸ ਵਾਲੇ ਹੱਥ ਦੇ ਕੇ ਰੋਦ ਨੇ ਪਰਸਨਸ ਨੂੰ ਤੇ ਇਹ ਉਹਨਾਂ ਦੇ ਸਟਿੱਕਰ ਲਾਈ ਜਾਂਦੇ ਨੇ ਸਟਿੱਕਰ ਤੇ ਰਿਫਲੈਕਟਰ ਸਰ ਲਾਸਟ ਟਾਈਮ ਤੁਸੀਂ ਆਏ ਸੀ ਨਾ ਹੰਡੇ ਥੋੜੇ ਦਿਨ ਪਹਿਲਾਂ ਐਸਐਸਪੀ ਦੇ ਨੋਟਿਸ ਲਿਆਂਦਾ ਤੁਸੀਂ ਕਿਉਂ ਲਾ ਰਹੇ 250 ਰੁਪਏ ਦਾ ਲਾਉਣਾ ਫ੍ਰੀ ਲਾਉਣਾ ਤੁਹਾਡੇ 15 ਮਿੰਟ ਪਹਿਲਾਂ ਮੈਂ ਉਹਨਾਂ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਮੇਰੇ ਨੌਲੇਜ 'ਚ ਹੈ ਨਹੀਂਗਾ
ਮੈਂ ਕਹਿੰਦੇ ਹੁਣ ਚੈੱਕ ਕਰਵਾਉਣਾ ਹੈਗਾ ਵੀ ਕੀ ਚੱਕਰ ਹੈ ਇਹ ਉਲਟਾ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਕੁਛ ਚਾਹ ਪਾਣੀ ਲੈ ਲਓ ਹਾਈਵੇ ਕੰਢੇ ਪੁਲਿਸ ਦੀ ਮੌਜੂਦਗੀ ਵਿੱਚ ਪੈਸੇ ਲੈ ਕੇ ਲਗਾਏ ਜਾ ਰਹੇ ਰਿਫਲੈਕਟਰ ਕੀ ਜਾਇਜ਼ ਤਰੀਕੇ ਨਾਲ ਲਗਾਏ ਜਾ ਰਹੇ ਨੇ ਜਾਂ ਫਿਰ ਲੋਕਾਂ ਨਾਲ ਠੱਗੀ ਵੱਜ ਰਹੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਤੁਹਾਨੂੰ ਸਲਾਹ ਹੈ ਕਿ ਹਾਈਵੇ ਤੇ ਸਫ਼ਰ ਦੌਰਾਨ ਤੁਹਾਡੇ ਕੋਲੋਂ ਅਜਿਹੇ ਕਿਸੇ ਪਰਚੀ ਜਾਂ ਰਿਫਲੈਕਟਰ ਬਦਲੇ ਪੈਸੇ ਮੰਗੇ ਜਾਂਦੇ ਨੇ ਤਾਂ ਤੁਹਾਨੂੰ ਪੂਰੀ ਪੁੱਛ ਪੜਤਾਲ ਕਰਕੇ ਹੀ ਕੋਈ ਫੈਸਲਾ ਲੈਣਾ ਚਾਹੀਦਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।